ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਬੋਲਦਾ ਪੰਜਾਬ ਦੇ ਵਿੱਚ ਗੱਲਬਾਤ ਕਰਾਂਗੇ ਜ਼ਿਮਨੀ ਚੋਣਾਂ ਨੂੰ ਲੈ ਕੇ, ਕਿਉਂਕਿ ਜ਼ਿਮਨੀ ਚੋਣਾਂ ਨੂੰ ਲੈ ਕੇ ਜਿਹੜਾ ਚੋਣ ਅਖਾੜਾ ਉਹ ਭਖਿਆ ਹੋਇਆ। ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਆਪਣੇ ਪੱਧਰ 'ਤੇ ਜਿਹੜਾ ਪ੍ਰਚਾਰ ਉਹ ਕੀਤਾ ਜਾ ਰਿਹਾ, ਦਾਅਵਾ ਕੀਤਾ ਜਾ ਰਿਹਾ ਕਿ ਸਾਡੇ ਉਮੀਦਵਾਰ ਦੀ ਜਿੱਤ ਹੋਵੇਗੀ। ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਇਸ ਚੋਣ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਪੈਰ ਆ ਉਹ ਖਿੱਚਦਾ ਨਜ਼ਰ ਆ ਰਿਹਾ। ਸਥਿਤੀ ਕੀ ਹੈ ਜਲੰਧਰ ਦੇ ਵਿੱਚ, ਇਸ 'ਤੇ ਅਸੀਂ ਜਿਹੜਾ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ। ਰਪਾਣਾ ਜੀ, ਸਤਿ ਸ਼੍ਰੀ ਅਕਾਲ ਜੀ। ਰਪਾਣਾ ਜੀ, ਸਥਿਤੀ ਕੀ ਹੈ ਜਲੰਧਰ ਦੇ ਵਿੱਚ? ਆ ਕਹਿੰਦੇ ਅਕਾਲੀ ਦਲ ਪੈਰ ਪਿੱਛੇ ਕਿਸਦਾ ਨਜ਼ਰ ਆ ਰਿਹਾ, ਕੀ ਅਜਿਹੀ ਸਥਿਤੀ ਕਿਉਂ ਬਣੀ ਹੈ? ਅਮਰਜੀਤ, ਗੱਲ ਇਹ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੁਫਾੜ ਹੁੰਦਾ ਨਜ਼ਰ, ਬਿਲਕੁਲ ਇੱਕ ਪਾਸੇ ਬਾਗੀ ਧੜ ਹੈ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਜਿਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ। ਪਰ ਜੇਕਰ ਗੱਲ ਬਾਗੀ ਧੜੇ ਦੀ ਕਰੀਏ, ਉਹ ਕਹਿੰਦੇ ਅਸੀਂ ਵੀ ਅਕਾਲੀ ਹਾਂ, ਅਕਾਲੀ ਦਲ ਸਾਡਾ। ਤਾਂ ਪਰਸੋਂ ਇੱਕ ਮੈਂ ਡਿਬੇਟ ਸੁਣ ਰਿਹਾ ਸੀ ਤਾਂ ਚਰਨਜੀਤ ਸਿੰਘ ਬਰਾੜੇ ਕਹਿ ਰਹੇ ਸੀ ਕਿ ਜੇ ਉਹ ਸਾਨੂੰ ਕੱਢ ਦੇਣਗੇ ਤਾਂ ਅਸੀਂ ਉਹਨਾਂ ਨੂੰ ਬਾਹਰ ਕੱਢ ਦਾਂਗੇ। ਹੁਣ ਕੌਣ ਕਿਹਨੂੰ ਕੱਢੇਗਾ ਤੇ ਕਿਹਦਾ ਅਕਾਲੀ ਦਲ ਹੈ ਤਾਂ ਉਹਨਾਂ ਵਾਲਾ ਸਮਾਂ ਦੱਸੇਗਾ। ਪਰ ਜ਼ਿਮਨੀ ਚੋਣ ਦੀ ਗੱਲ ਕਰੀਏ, ਆਪਾਂ ਇਸ ਸਮੇਂ ਜਲੰਧਰ ਜ਼ਿਮਨੀ ਚੋਣ ਜਿੱਥੇ ਹੋ ਰਹੀ ਆ, ਹਲਕਾ ਵੈਸਟ, ਉੱਥੇ ਖੜੇ ਹਾਂ। ਸੋ ਇੱਥੇ ਅਕਾਲੀ ਦਲ ਨੇ ਆਪਣੇ ਉਮੀਦਵਾਰ ਬੀਬੀ ਸੁਰਜੀਤ ਕੌਰ ਤੋਂ ਹੱਥ ਪਿੱਛੇ ਖਿੱਚ ਲਿਆ। ਉਹ ਕਹਿੰਦੇ ਸਾਡਾ ਉਮੀਦਵਾਰ ਨਹੀਂ ਤੇ ਇਹ ਬਾਗੀ ਧੜੇ ਦਾ ਉਮੀਦਵਾਰ ਆ, ਇਹ ਸਾਨੂੰ ਪਾਰਟੀ ਨੂੰ ਢਾਹ ਲਾਉਣ ਦੇ ਲਈ ਬੀਬੀ ਜਗੀਰ ਕੌਰ ਨੇ ਖੜਾ ਕੀਤਾ। ਹੁਣ ਉਹਨਾਂ ਨੇ ਅੱਜ ਬੀਬੀ ਸੁਰਜੀਤ ਕੌਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਹੈ। ਉਹ ਕਹਿੰਦੇ ਵੀ ਭਾਈ ਅੰਮ੍ਰਿਤਪਾਲ ਦੇ ਮਾਤਾ ਪਿਤਾ ਸਾਡੀ ਹੈਲਪ ਕਰਨ। ਠੀਕ ਹੈ, ਹੁਣ ਗੱਲ ਕੀ ਹੈ ਇਸ ਦੀ ਆਪਾਂ ਗੱਲਬਾਤ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਸੁਣ ਲੈਂਦੇ ਹਾਂ ਕਿ ਉਹ ਕਹਿੰਦੇ ਕੀ ਨੇ ਤੇ ਉਸ ਤੋਂ ਬਾਅਦ ਆਪਾਂ ਅਕਾਲੀ ਦਲ ਦੇ ਵੱਡੇ ਆਗੂ ਨੇ ਪਰਮਜੀਤ ਸਿੰਘ ਸਰਨਾ, ਜਿਹੜੇ ਦਿੱਲੀ ਦੇ ਵਿੱਚ ਆਗੂ ਨੇ, ਪਰ ਉਹ ਕੋਰ ਕਮੇਟੀ ਮੈਂਬਰ ਨੇ। ਉਹ ਕੱਲ ਜਿਹੜੀ ਚੰਡੀਗੜ੍ਹ ਮੀਟਿੰਗ ਉਹਦੇ ਵਿੱਚ ਸੀ, ਇਸ ਤੋਂ ਪਹਿਲਾਂ ਮੀਟਿੰਗ ਹੋਈ ਉਹਦੇ ਵਿੱਚ ਵੀ ਸੀਗੇ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਦੋਨੋਂ ਗੱਲਬਾਤ ਕਰਨ ਤੋਂ ਬਾਅਦ ਅਗਲੀ ਗੱਲ ਜਿਹੜੀ ਆਪਾਂ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਆਪਣੇ ਮੀਟਿੰਗਾਂ ਕਰ ਰਹੇ ਸੀ ਜਲੰਧਰ ਸ਼ਹਿਰ ਵਿੱਚ ਤੇ ਸਾਨੂੰ ਕੱਲ ਇੱਕਦਮ ਪਤਾ ਲੱਗਿਆ ਵੀ ਸਾਡੇ ਕਾਗਜ਼ ਵਾਪਸ ਲੈ ਰਹੇ, ਸਾਨੂੰ ਤਾਂ ਪਤਾ ਹੀ ਨਹੀਂ ਸੀ। ਅਸੀਂ 40 ਸਾਲ ਹੋ ਗਏ ਪਾਰਟੀ, 45 ਸਾਲ ਹੋ ਗਏ ਨੇ ਪਾਰਟੀ 'ਚ ਰਹਿ ਰਹੇ ਹਾਂ। ਅਸੀਂ ਕੋਈ ਕਿਸੇ ਨਾਲ ਧੋਖਾਬਾਜ਼ੀ ਨਹੀਂ ਕੀਤੀ, ਕੋਈ ਪਾਰਟੀ ਨਹੀਂ ਬਦਲੀ। ਅਸੀਂ ਆਪਣੇ ਦਮ 'ਤੇ MC ਦੇ ਇਲੈਕਸ਼ਨ ਵੀ ਲੜਦੇ ਰਹੇ ਹਾਂ, ਅਸੀਂ ਕਿਸੇ ਤੋਂ ਮਦਦ ਨਹੀਂ ਲਈ। ਜਿਹੜੇ ਜਥੇਦਾਰ ਪ੍ਰੀਤਮ ਸਿੰਘ ਸੀ, ਉਹਨਾਂ ਨੇ ਜੋ ਵੀ ਸੇਵਾ ਕੀਤੀ ਉਹ ਸਾਰੇ ਜਾਣਦੇ ਨੇ, ਸਾਰੇ ਪ੍ਰੈਸ ਵਾਲੇ ਵੀ ਜਾਣਦੇ ਨੇ, ਜਲੰਧਰ ਵਾਲੇ ਵੀ ਜਾਣਦੇ ਨੇ ਕਿ ਅਸੀਂ ਕਿੰਨੀ ਕੁ ਸੇਵਾ ਕੀਤੀ ਹੈ। ਉਹਨਾਂ ਨੇ ਕੋਈ ਸੇਵਾ ਵੱਲੋਂ ਕਮੀ ਨਹੀਂ ਛੱਡੀ। ਪਰ ਜਿਹੜਾ ਸਾਡੇ ਨਾਲ ਕੱਲ੍ਹ ਹੋਇਆ, ਕਹਿੰਦੇ ਕਾਗਜ਼ ਵਾਪਸ ਲਓ, ਉਹ ਸਾਡੇ ਨਾਲ ਧੋਖਾ ਕੀਤਾ। ਇਹਨਾਂ ਨੇ ਸਾਡੇ ਨਾਲ ਜ਼ਬਰਦਸਤੀ ਕਰਦੇ ਸੀ ਵੀ ਤੁਸੀਂ ਸਾਈਨ ਕਰੋ ਵੀ ਮੈਂ ਸਾਈਨ ਕੀਤੇ, ਅਤੇ ਕਹਿੰਦੇ ਪੈਸੇ ਲੈ ਲਓ, ਅਸੀਂ ਪੈਸੇ ਦਿੰਦੇ ਹਾਂ। ਅਸੀਂ ਕਹਿੰਦੇ ਨਹੀਂ, ਪੈਸਿਆਂ ਨਾਲ ਇੱਜ਼ਤ ਨਹੀਂ ਹੁੰਦੀ, ਜੋ ਸਾਡੀ ਬਲਾਦਰੀ ਦੀ ਇੱਜ਼ਤ ਉਹ ਸਭ ਤੋਂ ਵੱਡੀ। ਜਥੇਦਾਰ ਵੀ ਕਹਿੰਦੇ ਸੀ ਮੇਰੀ ਬਲਾਦਰੀ ਨੂੰ, ਮੇਰੇ ਇਲਾਕੇ ਨੂੰ ਪਿੱਠ ਨਹੀਂ ਲੱਗਣੀ ਚਾਹੀਦੀ, ਚਾਹੇ ਮੈਂ ਗਰੀਬ ਹਾਂ ਅਮੀਰ ਹਾਂ ਜੋ ਮਰਜ਼ੀ, ਪਰ ਮੈਂ ਕਿਸੇ ਨਾਲ ਹੇਰਾ ਫੇਰੀ ਨਹੀਂ ਕਰਨੀ। ਅਸੀਂ ਇਸ ਗੱਲ 'ਤੇ ਤੁਰਨ ਦੇ ਕੱਲ੍ਹ ਅਸੀਂ ਆਪਣੇ ਸਿਆਣ ਕਾਗਜ਼ ਤੋਂ ਨਹੀਂ ਕੀਤੇ। ਆਹ ਜਿਹੜੇ ਉਹਨਾਂ ਨੇ ਸਾਡੇ ਫਾਰਮ ਜਾਲੀ ਐਪਲੀਕੇਸ਼ਨ ਲਿਖੀ ਹੈ, ਇਹਦੇ ਵਿੱਚ ਮੇਰੇ ਸਿਆਣ ਨਹੀਂ ਨਾ ਸਾਡੀ ਐਪਲੀਕੇਸ਼ਨ। ਬਸ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਹਾਂ, ਸਾਡੇ ਕੋਲ ਇੱਕ ਰੁਪਈਆ ਨਹੀਂ ਹੈਗਾ ਨਾ। ਸਾਡੀ ਪਾਰਟੀ ਨੇ ਕਿਹਾ ਸੀ ਵੀ ਤੁਸੀਂ ਇਲੈਕਸ਼ਨ ਲੜੋ, ਅਸੀਂ ਸਾਰੀ ਤੁਹਾਡੀ ਮਦਦ ਕਰਾਂਗੇ। ਪਰ ਉਹਨਾਂ ਨੇ ਸਾਨੂੰ ਕੱਲ੍ਹ ਜਵਾਬ ਦੇ ਦਿੱਤਾ ਵੀ ਤੁਸੀਂ ਇਲੈਕਸ਼ਨ ਲੜੋ, ਚਾਹੇ ਜੋ ਮਰਜ਼ੀ, ਅਸੀਂ ਤੁਹਾਡਾ 1 ਰੁਪਈਆ ਵੀ ਨਹੀਂ ਲਾਵਾਂਗੇ। ਮੈਂ ਅੰਮ੍ਰਿਤਪਾਲ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਕਰਨਾ ਚਾਹੁੰਦੀ ਹਾਂ ਵੀ ਜੋ ਸਾਨੂੰ ਤੱਕੜੀ ਦਾ ਨਿਸ਼ਾਨ ਮਿਲਿਆ ਉਹ ਅਸੀਂ
ਇਲੈਕਸ਼ਨ ਲੜਾਂਗੇ, ਸਾਡੀ ਸਾਰੀ ਮਦਦ ਕਰਨ। ਦੇਖੋ ਅਮਰਜੀਤ, ਗੱਲ ਇਹ ਹੈ ਕਿ ਉਹਨਾਂ ਨੇ ਬਿਲਕੁਲ ਸਪਸ਼ਟ ਤੌਰ ਤੇ ਬੀਬੀ ਸਰਜੀਤ ਕੌਰ ਨੇ ਅੰਮ੍ਰਿਤਪਾਲ ਦੇ ਮਾਤਾ ਪਿਤਾ ਤੋਂ ਸਮਰਥਨ ਮੰਗਿਆ ਤੇ ਨਾਲ ਹੀ ਉਹਨਾਂ ਨੇ ਮੈਂਬਰ ਪਾਰਲੀਮੈਂਟ ਜਿਹੜੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ, ਉਹਨਾਂ ਨੂੰ ਵੀ ਕਿਹਾ ਵੀ ਮੇਰਾ ਸਮਰਥਨ ਕਰੋ। ਉਹਨਾਂ ਦੇ ਨਾਲ ਦੀ ਨਾਲ ਸਿਮਰਜੀਤ ਸਿੰਘ ਮਾਨ ਨੂੰ ਵੀ ਕਹਿਤਾ ਤੇ ਸਮੁੱਚੀਆਂ ਪੰਥਕ ਧਿਰਾਂ ਨੂੰ ਕਹਿਤਾ ਕਿ ਹੁਣ ਅਕਾਲੀ ਦਲ ਪਿੱਛੇ ਹਟ ਗਿਆ ਤੇ ਹੁਣ ਤੁਸੀਂ ਆ ਜਾਓ। ਕਰਨਾ ਸਾਹਿਬ, ਕਿਵੇਂ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਜੋ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਹੇ? ਦੇਖੋ ਜੀ, ਇੱਕ ਮੇਰੀ ਗੱਲ ਨੋਟ ਕਰਕੇ ਰੱਖ ਦੋ ਜੀ। ਸ਼੍ਰੋਮਣੀ ਅਕਾਲੀ ਦਲ ਜੀ ਲੋਕਾਂ ਬਾਕੀ ਦੀਆਂ ਪਾਰਟੀਆਂ ਆਪਣ ਕੋਈ ਕਮਰਿਆਂ ਚ ਨਹੀਂ ਬਣਿਆ ਜੀ, ਕੋਈ ਗਰਾਊਂਡਾਂ ਚ ਨਹੀਂ ਬਣਿਆ ਜੀ। ਇਹ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਨ ਅਸਥਾਨ ਤੇ ਸਿੱਖਾਂ ਦੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਬਣਿਆ ਜੀ। ਜੀ, ਕਈ ਸ਼ਖਸੀਅਤਾਂ ਆਈਆਂ, ਕਈ ਪਾਰਟੀਆਂ ਆਈਆਂ ਇਸ ਨੂੰ ਕਮਜ਼ੋਰ ਕਰਨ ਵਾਸਤੇ, ਆਪਣੇ ਹੁਰਬੇ ਵਰਤੀਆਂ ਰਹੀਆਂ ਤੇ ਇਹਨਾਂ ਤੇ ਅਟੈਕ ਹੁੰਦੇ ਰਹਿਣਗੇ ਜੀ। ਪਰ ਅਕਾਲੀ ਦਲ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ, ਇਹਨਾਂ ਦੇ ਵਿੱਚ ਹੇਠ ਉੱਪਰ ਆਉਂਦੀਆਂ ਰਹਿੰਦੀਆਂ ਜੀ। ਅਕਾਲੀ ਦਲ 1979 ਵਿੱਚ ਵੀ, 80 ਵਿੱਚ ਵੀ MP ਜਿੱਤੇ ਤਾਂ ਨਿਕਲ ਗਿਆ ਸੀ ਜੀ। ਸਰਨਾ ਸਾਹਿਬ, ਕੱਲ ਤੁਸੀਂ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਬੈਠੇ ਸੀ, ਕੋਈ ਅਹਿਮ ਫੈਸਲਾ ਕਿਹੜਾ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣੇ ਰਹਿਣਾ, ਤੁਸੀਂ ਸਮਰਥਨ ਕੀਤਾ, ਬਹੁ ਗਿਣਤੀ ਨੇ ਸਮਰਥਨ ਕੀਤਾ ਜਾਂ ਕਿੰਨੇ ਕੁ ਕੋਰ ਕਮੇਟੀ ਮੈਂਬਰਾਂ ਨੇ? ਕੋਰ ਕਮੇਟੀ ਦੇ ਵਿੱਚ ਅੱਜ ਤੱਕ ਜੀ ਜਿਹੜੇ ਪਰਸੋਂ ਜਲੰਧਰ ਬੈਠੇ ਸਨ ਜੀ, ਉਸ ਕੋਰ ਕਮੇਟੀ ਦੇ ਵਿੱਚ ਕਦੀ ਇਹਨਾਂ ਨੇ ਇਹ ਮਤਾ ਨਹੀਂ ਰੱਖਿਆ ਵੀ ਸੁਖਬੀਰ ਸਿੰਘ ਬਾਦਲ ਨੂੰ ਲਾਇਆ ਜਾਵੇ, ਕਦੀ ਨਹੀਂ ਮਤਾ ਰੱਖਿਆ ਜਾਂ ਅਸਤੀਫਾ ਦੇਵੇ ਇਲੈਕਸ਼ਨਾਂ ਖਰਾਬ ਹੋਈਆਂ ਜੀ। ਜਥੇਦਾਰਾਂ ਦੀ ਮੀਟਿੰਗ ਚ 93% ਜਥੇਦਾਰ ਸ਼ਾਮਿਲ ਹੋਏ ਜੀ, ਤੇ ਹਰ ਇੱਕ ਨੇ ਸਰ ਸੁਖਬੀਰ ਸਿੰਘ ਦੇ ਹੱਕ ਵਿੱਚ ਆਪਣਾ ਉਹਨਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ। ਐਗਜ਼ੀਕਿਊਟਿਵ ਜਿਹੜੀ ਸੁਪਰੀਮ ਪਾਰਟੀ ਹੁੰਦੀ ਹੈ ਪੋਲੀਟੀਕਲ ਪਾਰਟੀ ਦੀ ਜੀ, ਉਸਨੇ ਅਨੋਨਿਮਸ ਆਪਣਾ ਭਰੋਸਾ ਪ੍ਰਗਟਾਇਆ ਸਰ ਸੁਖਬੀਰ ਸਿੰਘ ਦੀ ਪ੍ਰਧਾਨਗੀ ਚ ਜੀ। ਸਾਡੀ ਇੱਕੋ ਗੱਲ ਹੈ ਜੀ, ਜਿਹੜੇ 7-8 ਬੰਦੇ 10 ਬੰਦੇ ਜਿੰਨੇ ਵੀ ਹਨ ਉਹ ਪਾਰਟੀ ਚ ਆ ਕੇ ਗੱਲ ਕਰਨ ਨਾ, ਪਾਰਟੀ ਦੀ ਫੋਰਮ ਚ ਆ ਕੇ ਗੱਲ ਕਰਨ, ਬਾਹਰ ਮੀਟਿੰਗਾਂ ਕਿਉਂ ਕਰਦੇ ਪਏ? ਪ੍ਰੋਫੈਸਰ ਚੰਦੂ ਮਾਜਰਾ ਕਹਿੰਦੇ ਅਸੀਂ ਪਾਰਟੀ ਫੋਰਮ ਤੇ ਗੱਲ ਕੀਤੀ ਸੀ, ਸੁਖਬੀਰ ਸਿੰਘ ਬਾਦਲ ਨੂੰ ਵੀ ਕਿਹਾ ਪਰ ਮੰਨੀ ਨਹੀਂ ਰਿਹਾ ਤੇ ਝੂਠ ਬੋਲ ਰਿਹਾ ਜੀ। ਉਹਨੂੰ ਕਹਿੰਦੇ ਮੈਂ ਵੀ ਪਾਰਟੀ ਫੋਰਮ ਚ ਬੈਠਾ ਹੋਇਆ ਸਾਰਾ, ਮੇਰੇ ਸਾਹਮਣੇ ਤਾਂ ਕਦੇ ਨੀ ਤੁਸੀਂ ਗੱਲ ਕੀਤੀ ਜੀ, ਹੈ ਬਿਆਨ ਦੇਣ ਵਾਸਤੇ ਕਹਿ ਰਹੇ ਹੋ ਜੀ ਪਾਰਟੀ ਫੋਰਮ ਚ ਅਸੀਂ ਗੱਲ ਕੀਤੀ ਹੈ, ਕਿਹਦੇ ਨਾਲ ਗੱਲ ਕੀਤੀ ਹੈ? ਤੁਸੀਂ ਬਾਹਰ ਗੱਲਾਂ ਕਰਦੇ ਹੋਏ ਹੋ, ਪਾਰਟੀ ਫੋਰਮ ਚ ਆ ਕੇ ਤੁਸੀਂ ਨਹੀਂ ਗੱਲ ਕਰ ਸਕੇ। ਮੈਂ ਹੁਣ ਤੁਹਾਨੂੰ ਕਹਿੰਦਾ ਹਾਲੇ ਕੀ ਹੈਗਾ, ਆਪ ਪੋਲਟਰੀ ਫਾਰਮ ਜਾ ਕੇ ਗੱਲ ਕਰੋ, ਆਪਣੀ ਗੱਲ ਰੱਖੋ। ਸਰਨਾ ਸਾਹਿਬ, ਕੀ ਇਵੇਂ ਗੱਲਾਂ ਕਰਨ ਨਾਲ ਜਿਹੜੀਆਂ ਪਾਰਟੀਆਂ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣੀਆਂ ਚਾਹੁੰਦੀਆਂ, ਸਿੱਖਾਂ ਨੂੰ ਨੁਕਸਾਨ ਪਾਉਣਾ ਚਾਹੁੰਦੀਆਂ, ਤੁਸੀਂ ਉਹਨਾਂ ਨਾਲ ਰਲ ਕੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾ ਸਕੋਗੇ? ਫੇਲ ਹੋ ਜਾਓਗੇ। ਚੰਦੂ ਮਾਜਰਾ ਅੱਜ ਮੇਰਾ ਮਿੱਤਰ ਹੈਗਾ, ਭਰਾ ਹੈਗਾ, 45 ਸਾਲ ਦਾ। ਜਦ ਪਹਿਲੀ ਵਾਰ ਸੰਤ ਲੌਂਗੋਵਾਲ ਨੂੰ ਯੂਥ ਦਾ ਪ੍ਰਧਾਨ ਬਣਾਇਆ ਸੀ ਤਦ ਦਾ ਮੈਂ ਜਾਣਦਾ, ਟੈਲੀਫੋਨ ਵੀ ਕੀਤੀ ਹੈ, ਤੁਹਾਡੀ ਗੱਲ ਹੋਈ ਹਰਿੰਦਰਪਾਲ MLA ਉਸਨੂੰ ਵੀ ਤੇ ਇਹਨਾਂ ਨੂੰ ਵੀ ਬਈ ਅੰਦਰ ਪਾਰਟੀ ਦੇ ਅੰਦਰ ਆ ਕੇ ਗੱਲ ਕਰੋ, ਬਾਹਰ ਗੱਲ ਕਰਨ ਦੀ ਲੋੜ ਨਹੀਂ। ਤੁਸੀਂ ਵੱਡੇ ਚੰਦੂ ਮਾਜਰਾ ਸਾਹਿਬ ਨਾਲ ਗੱਲ ਕੀਤੀ? ਹਾਂ, ਤੁਸੀਂ ਕੱਲ ਸਵੇਰੇ ਗੱਲ, ਇਹਨਾਂ ਦੀ ਪਰਸੋਂ ਮੀਟਿੰਗ ਹੋਈ ਹੈ ਉਸ ਦਿਨ ਗੱਲ ਕੀਤੀ ਹੈ। ਤੁਹਾਨੂੰ ਕੀ ਜਵਾਬ ਦਿੱਤਾ? ਚਲੋ ਮੈਂ ਅੱਜ ਦੀ ਗੱਲ ਟਾਲਦਾ ਵਾਂ ਤੇ ਮੈਂ ਆ ਕੇ ਤੁਸੀਂ ਗੱਲ ਕਰੋ, ਮੈਂ ਕਿਹਾ ਗੱਲ ਕਰਾਂ ਤੇ। ਸਰਨਾ ਸਾਹਿਬ, ਪੰਜਾਬ ਦੇ ਵਿੱਚ ਇੱਕ ਜਿਮਨੀ ਚੋਣ ਰਿਕਾਰਡ ਹੈਗਾ ਔਰ 17.5 ਮਿੰਟ ਦੀ ਮੇਰੀ ਗੱਲ ਹੋਈ ਹੈ, 19 ਮਿੰਟ ਦੀ ਹਰਵਿੰਦਰ ਨਾਲ ਗੱਲ ਹੋਈ ਹੈ, ਮੈਂ ਚੰਡੀਗੜ੍ਹ ਤੋਂ ਵਾਪਸ ਆ ਰਿਹਾ, ਮੈਂ ਕੀਤੀ। ਮੈਂ ਕਿਹਾ ਤੂੰ ਸਿਆਣਾ ਬੰਦਾ ਹੈ, ਚੰਦੂ ਮਾਜਰੇ ਕੋਲੋਂ ਇਹ ਕੰਮ ਨਾ ਕਰਵਾ। ਤੁਹਾਨੂੰ ਜਵਾਬ ਦਿੱਤਾ ਉਹਨਾਂ ਨੇ ਕੋਈ?
ਕਹਿੰਦੇ ਸੀ ਮੈਂ ਅੱਜ ਦੀ ਮੀਟਿੰਗ ਵਿੱਚ ਕੁਝ ਕਰਦਾ ਆਲਾ ਟੇਲਾ ਕਰਦਾ ਫਿਰ ਤੇਰੇ ਨਾਲ ਗੱਲ ਕਰਾਂਗਾ। ਮੈਂ ਕਿਹਾ ਮੋਸਟ ਵੈਲਕਮ। ਠੀਕ ਹੈ ਸਰਨਾ ਸਾਹਿਬ, ਪੰਜਾਬ ਦੇ ਵਿੱਚ ਇੱਕ ਜਲੰਧਰ ਦੇ ਵਿੱਚ ਜਲੰਧਰ 'ਚ ਇੱਕ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਉੱਥੋਂ ਸੁਰਜੀਤ ਕੌਰ ਜਿਹੜੇ ਉਮੀਦਵਾਰ ਨੇ, ਅੱਜ ਉਹਨਾਂ ਨੇ ਭਾਈ ਅੰਮ੍ਰਿਤਪਾਲ ਅਤੇ ਸਰਬਜੀਤ ਸਿੰਘ ਦੇ ਮਾਂ ਪਿਓ ਤੋਂ ਸਮਰਥਨ ਮੰਗਿਆ ਕਿ ਸਾਨੂੰ ਸਮਰਥਨ ਦਿਓ ਤੇ ਪੈਸਾ ਤੁਸੀਂ ਖਰਚ ਕਰੋ। ਦੇਖੋ ਮੈਂ ਇਹਨਾਂ ਨੇ ਜੋ ਮੰਗਿਆ, ਜਿਹੜੇ 1-22 ਇਲੈਕਸ਼ਨ ਦੇ ਵਿੱਚ ਪੈਸਾ ਖਰਚਣ ਵਾਸਤੇ ਜੀ ਉਹਨਾਂ ਦੀ ਮਦਦ ਮੰਗ ਰਹੇ ਨੇ ਜੀ, ਜਿਹੜੇ ਇਹਨਾਂ ਦੇ ਉੱਤੇ NSA ਦੇ ਕੇਸ ਚੱਲਦੇ ਪਏ ਜੀ, ਤੇ ਉਹ ਕਿਵੇਂ ਪਾਰਟੀ ਚਲਾਉਣਗੇ ਜੀ, ਉਹ ਕੀ ਕਰਨਗੇ ਜੀ? 1-22 ਇਲੈਕਸ਼ਨ ਵਾਸਤੇ ਇਹਨਾਂ ਕੋਲ ਕੁਝ ਨਹੀਂ ਜੀ, ਹੈਂ ਜੀ, ਫਿਰ ਕੀ ਗੱਲ ਹੋਏਗੀ ਜੀ? ਜੀ ਉਹਨਾਂ ਕੋਲ ਜੀ ਤੁਸੀਂ ਦਿਲੋਂ ਮੰਗਾਓ ਨਾ ਪੈਸਾ, ਤੁਹਾਨੂੰ ਲੋੜ ਕੀ ਪੈ ਚੁੱਕੇ ਸੁਪਰੀਮ ਕੀ? ਜਿਵੇਂ ਇਹਨਾਂ ਨੇ ਇੱਕ ਇਲਜ਼ਾਮ ਲਾਇਆ ਕਿ ਅਸੀਂ BJP ਨਾਲ ਪਹਿਲਾਂ ਸਮਰਥਨ ਸਾਡਾ ਸੀ ਤੇ ਹੁਣ ਸਾਨੂੰ BJP ਦੇ ਏਜੰਟ ਦੱਸ ਰਹੇ ਆ, ਇਹ ਗੱਲ ਜਿਹੜੇ ਬਾਗੀ ਧੜਾ ਗੱਲ ਕਹਿ ਰਿਹਾ? ਬਾਗੀ ਧੜਾ ਗੱਲ ਕਹਿ ਰਿਹਾ ਤੇ ਜਿਹੜਾ ਏਜੰਟ ਕਹਿ ਰਹੇ ਤਾਂ ਠੀਕ ਕਹਿ ਰਹੇ ਨਾ। ਜਦ ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ ਤਾਂ ਅਸੀਂ BJP ਨਾਲ ਸਮਝੌਤਾ ਕਰਾਂਗੇ, ਉਹਦੇ 'ਚ ਸਾਰੇ ਬੈਠੇ ਹੋਏ ਸਨ, ਮੈਂ ਵੀ ਵਿੱਚ ਸਾਂ, ਔਰ ਸਭ ਤੋਂ ਵੱਧ ਬੋਲਣ ਵਾਲੇ ਜਿਹੜੇ BJP ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ, ਬੀਬੀ ਜਗੀਰਪੁਰ ਵਡਾਲਾ ਸਾਹਿਬ ਸਨ, ਚੰਦੂ ਮਾਜਰਾ ਵਗੈਰਾ ਨਹੀਂ ਬੋਲੇ ਸਾਡੀ ਮੀਟਿੰਗ 'ਚ, ਪਰ ਸਭ ਤੋਂ ਬੋਲਣ ਵਾਲੇ ਸਾਹਿਬ ਤੁਸੀਂ ਕਹਿ ਰਹੇ ਹੋ ਜੀ ਉਹ ਹੈਗਾ, ਤੁਸੀਂ ਮਤਲਬ ਇਹ ਸਮਝੌਤਾ ਚਾਹੁੰਦੇ ਸਨ ਕੋਈ ਕਿਸੇ ਤਰੀਕੇ ਸਾਨੂੰ BJP ਦੀਆਂ ਵੋਟਾਂ ਬਣ ਮਿਲ ਜਾਣ ਤੇ ਅਸੀਂ MP ਬਣ ਜਾਈਏ, ਉਹਨਾਂ ਦੀ ਖਾਹਿਸ਼ ਹੀ ਪੂਰੀ ਹੋਈ ਤੇ ਇਹਨਾਂ ਕਹਿੰਦੇ ਅੱਛਾ ਜੀ ਅਕਾਲੀ ਦਲ ਮਾੜਾ ਹੋ ਗਿਆ। ਜੇ ਅਕਾਲੀ ਦਲ ਮਾੜਾ 4 ਜੂਨ ਤੋਂ ਪਹਿਲੇ ਸੀ, ਉਸ ਵਕਤ ਤੁਸੀਂ ਟਿਕਟਾਂ ਕਿਉਂ ਲਈਆਂ ਇਹਨਾਂ ਦੀਆਂ? ਹਾਂਜੀ ਸਰਨਾ ਸਾਹਿਬ, ਆਖਰੀ ਸਵਾਲ ਹੁਣ ਅਕਾਲੀ ਦਲ ਕਿੱਧਰ ਜਾਏਗਾ, ਕੀ ਬਾਗੀਆਂ ਨੂੰ ਮਨਾਏਗਾ? ਦੇਖੋ ਅਕਾਲੀ ਦਲ ਨੇ ਉਧਰ ਜਾਣਾ ਜਿਸ ਪਾਸੇ ਅਕਾਲ ਪੁਰਖ ਨੇ ਅਕਾਲੀ ਦਲ ਦੀ ਸਿਰਜਣਾ ਕੀਤੀ ਹੈ, ਸਿੱਖਾਂ ਦੀ ਮਰਿਆਦਾ ਤੇ ਪਰੰਪਰਾਵਾਂ ਦੀ ਰਾਖੀ ਲਈ, ਸਿੱਖ ਕੌਮ ਤੇ ਕੋਈ ਔੜ ਆਏਗੀ ਔਕੜ ਆਏਗੀ ਉਹਨੇ ਦੇ ਲਈ, ਕੋਈ ਧਾਮਾਂ ਦੇ ਵਿੱਚ ਕੋਈ ਬਦਵੀ ਰੋਕਣ ਦੇ ਲਈ, ਧਾਮਾਂ ਤੇ ਕੋਈ ਗੱਲ ਆਵੇ ਉਹਦੇ ਲਈ ਅਕਾਲੀ ਦਲ ਪੈਦਾ ਹੋਇਆ। ਬਾਗੀਆਂ ਨੂੰ ਮਨਾਏਗਾ, ਬਾਗੀਆਂ ਨੂੰ ਮਨਾਏਗਾ ਅਕਾਲੀ ਦਲ ਕੋਸ਼ਿਸ਼ ਕਰੇਗਾ? ਮੈਂ ਇੱਕ ਇੰਟਰਵਿਊ ਕੱਲ ਮੇਰਾ ਸੀ, ਉਹਦੇ 'ਚ ਮੈਂ ਅਖੀਰ 'ਚ ਬੇਨਤੀ ਕੀਤੀ ਹੈ, ਹੁਣ ਮੈਂ ਦੁਬਾਰਾ ਤੁਹਾਡੇ ਨਾਲ ਮੈਂ ਇੱਦਾਂ ਹੀ ਕਰਨਾ ਚਾਹੁੰਦਾ ਬਈ, ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਪਾਰਟੀ ਨੂੰ ਕਮਜ਼ੋਰ ਨਾ ਕਰੋ, ਪਾਰਟੀ ਨੂੰ ਤਕੜਾ ਰੱਖੋ ਤਾਂ ਕਿ ਇਸ ਸੰਘਰਸ਼ ਵਿੱਚ ਪਾਰਟੀ ਉਭਰ ਕੇ ਸਾਹਮਣੇ ਆਵੇ। ਜਿਹੜੀ ਪਾਰਟੀ 1985 ਦੋ ਸੀਟਾਂ ਲੈਂਦੀ ਸੀ, ਅੱਜ 15 ਸਾਲ ਹੋ ਗਏ ਉਹਨੂੰ ਰਾਜ ਕਰਦਿਆਂ, ਹੈਂ ਉਹਨੂੰ ਜਿਹੜਾ ਧੁਤਕਾਰਿਆ ਉਹਨਾਂ ਦੇ ਵਰਕਰਾਂ ਨੇ, ਤੇ ਤੁਸੀਂ ਇੱਕ ਸਿੱਖਾਂ ਦੀ ਜਿਹੜੀ ਪਹਿਚਾਣ ਵਾਲੀ ਪਾਰਟੀ ਹੈ ਤੇ ਉਹਨੂੰ ਤੁਸੀਂ ਉਸ ਦਿਨ ਆ ਕੇ ਕਮਜ਼ੋਰ ਕਰਨ 'ਤੇ ਲੱਗੇ ਹੋਏ ਹੋ, ਆਪਣੀ ਦੂਰਅੰਦੇਸ਼ੀ ਤੋਂ ਔਰ ਸੰਜੀਦਗੀ ਤੋਂ ਕੰਮ ਲਵੋ। ਧੰਨਵਾਦ ਧੰਨਵਾਦ ਸਰਨਾ ਸਾਹਿਬ, ਧੰਨਵਾਦ। ਰੁਪਾਨ ਜੀ, ਸਥਿਤੀ ਕਿਉਂ ਬਣੀ ਹੈ, ਕਿਉਂਕਿ ਜਿਹੜਾ ਹੁਣ ਅੰਮ੍ਰਿਤਪਾਲ ਦਾ ਵੀ ਸਮਰਥਨ ਮੰਗਿਆ ਜਾ ਰਿਹਾ ਹੈ ਤੇ ਸਰਬਜੀਤ ਸਿੰਘ ਖਾਲਸਾ ਦਾ ਵੀ ਸਮਰਥਨ ਮੰਗਿਆ ਜਾ ਰਿਹਾ, ਕਿਉਂਕਿ ਜਦੋਂ ਉਹ ਦੋਨੇ ਉਮੀਦਵਾਰ ਵੱਡੀ ਲੀਡ ਦੇ ਨਾਲ ਜਿੱਤੇ ਨੇ, ਪਹਿਲਾਂ ਜਿਹੜੇ ਇਹ ਲੀਡਰ ਸੀ ਉਹ ਜ਼ਿਆਦਾ ਤਾਂ ਆਪਾਂ ਕਹਿ ਸਕਦੇ ਹਾਂ ਜਦੋਂ ਚੋਣਾਂ ਦੇ ਵਿੱਚ ਇਹਨਾਂ ਨੇ ਲੀਡਰਾਂ ਨੇ ਆਪਣੀ ਜਿਹੜਾ ਚੋਣ ਮੁਹਿੰਮ ਦੇ ਵਿੱਚ ਹਿੱਸਾ ਵੀ ਲਿਆ, ਟਿਕਟਾਂ ਵੀ ਲੜੀਆਂ ਨੇ, ਪਰ ਉਸ ਸਮੇਂ ਜਿਹੜਾ ਕਿਉਂ ਨਹੀਂ ਬੋਲੇ ਤੇ ਹੁਣ ਕਿਉਂ ਸਥਿਤੀ ਇੱਦਾਂ ਦੀ ਹੋ ਗਈ? ਏਦਾਂ ਗੱਲ ਇਹ ਆ ਅਮਰਜੀਤ, ਜਦੋਂ ਲੋਕ ਸਭਾ ਚੋਣਾਂ ਸੀ ਤਾਂ ਉਦੋਂ ਵੈਸੇ ਕਿਸੇ ਜਿਹੜੀ ਅਕਾਲੀ ਦਲ ਦੇ ਕਿਸੇ ਲੀਡਰ ਨੇ, ਜਿੰਨੇ ਬਾਗੀ ਆ ਉਹਨਾਂ ਨੇ ਵੀ ਕਿਸੇ ਨੇ ਜਨਤਕ ਤੌਰ ਤੇ ਗੱਲ ਨਹੀਂ ਕਹੀ ਕਿ ਸਾਨੂੰ ਅੰਮ੍ਰਿਤਪਾਲ ਦਾ ਸਮਰਥਨ ਕਰਨਾ ਚਾਹੀਦਾ, ਸਾਨੂੰ ਜਿਹੜੇ ਸਰਬਜੀਤ ਖਾਲਸਾ ਉਹਦਾ ਸਮਰਥਨ ਕਰਨਾ ਚਾਹੀਦਾ, ਸਾਨੂੰ ਪੰਥਕ ਧਿਰ ਸਮਰਥਨ ਕਰਨਾ ਚਾਹੀਦਾ, ਜਨਤਕ ਤੌਰ ਤੇ ਕਿਸੇ ਨੇ ਨਹੀਂ ਕਿਹਾ। ਅੱਜ ਕਹਿ ਰਹੇ ਨੇ ਸਾਰੇ ਕਿ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਸੀ, ਅਸੀਂ ਮੀਟਿੰਗਾਂ 'ਚ ਕਿਹਾ ਸੀ, ਸਾਡੀ ਮੰਨੀ ਨਹੀਂ ਗਈ, ਅਸੀਂ ਬਹੁਤ ਕੁਝ
ਯਾਰ ਤੁਹਾਡੀ ਨਹੀਂ ਮੰਨੀ ਗਏ, ਤੁਸੀਂ ਪਿੱਛੇ ਹਟ ਜਾਂਦੇ, ਹਟ ਜਾਂਦੇ ਬਿਲਕੁਲ, ਤੁਸੀਂ ਜਨਤਕ ਤੌਰ ਤੇ ਆਉਂਦੇ ਲੋਕਾਂ ਦੇ ਸਾਹਮਣੇ ਆਉਂਦੇ, ਚੋਣਾਂ ਵੀ ਲੜੀਆਂ ਨੇ ਤੁਸੀਂ, ਤੁਸੀਂ ਚੋਣਾਂ ਲੜੀਆਂ, ਤੁਸੀਂ ਉਮੀਦਵਾਰ ਸੀਗੇ, ਤੁਸੀਂ ਉੱਥੇ ਸਟਾਰ ਪ੍ਰਚਾਰਕ ਸੀਗੇ, ਪ੍ਰਚਾਰ ਕੀਤਾ ਮਹੱਲਿਆਂ ਚ ਕੀਤਾ, ਮੀਟਿੰਗਾਂ ਚ ਕੀਤਾ, ਰੈਲੀਆਂ ਚ ਕੀਤਾ, ਤੁਸੀਂ ਉਸ ਸਮੇਂ ਬਾਹਰ ਆ ਜਾਂਦੇ। ਬਿਲਕੁਲ ਬਿਲਕੁਲ, ਜਦੋਂ ਤੁਹਾਨੂੰ ਇਹ ਲੱਗਿਆ ਕਿ ਅੱਜ ਅਕਾਲੀ ਦਲ ਦੀ ਹਾਲਤ ਪਾਣੀ ਤੋਂ ਵੀ ਪਤਲੀ ਹੋ ਗਈ, ਤੇ ਤੁਸੀਂ ਅੱਜ ਕਹਿ ਰਹੇ ਵੀ ਹੁਣ ਸਾਨੂੰ ਪੰਥਕ ਉਮੀਦਵਾਰ ਚਾਹੀਦੇ ਆ, ਪੰਥਕ ਧਿਰਾਂ ਚਾਹੀਦੀ ਆ, ਪੰਥਕ ਸੋਚ ਵਾਲੇ ਬੰਦੇ ਚਾਹੀਦੇ, ਪੰਥਕ ਸੋਚ ਵਾਲੇ ਬੰਦੇ ਚਾਹੀਦੇ ਆ, ਸਾਡੀ ਪੰਥਕ ਸੋਚ, ਅਸੀਂ ਪੰਥਕ ਹੈ, ਤੁਸੀਂ ਉਦੋਂ ਕਿੱਥੇ ਸੀਗੇ। ਹੁਣ ਗੱਲ ਅਕਾਲੀ ਦਲ ਦੀ ਕਰੀਏ, ਹੁਣ ਅਕਾਲੀ ਦਲ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਇੱਥੋਂ ਦੇ ਜਲੰਧਰ ਦੇ, ਉਹ ਕਹਿੰਦੇ ਜੀ ਸਾਡਾ ਬੀਬੀ ਸੁਰਜੀਤ ਕੌਰ ਨਾਲ ਕੋਈ ਸੰਬੰਧ ਨਹੀਂ, ਤੇ ਅਸੀਂ ਇਹਨਾਂ ਨੂੰ ਆਪਣਾ ਸਮਰਥਨ ਵਾਪਸ ਲੈਣਾ। ਯਾਨੀ ਕਿ ਆਪਾਂ ਸਿੱਧੇ ਤੌਰ ਤੇ ਕਹੀਏ, ਸੁਖਬੀਰ ਸਿੰਘ ਬਾਦਲ ਨੇ ਉਸ ਉਮੀਦਵਾਰ ਨੂੰ ਉਤਾਰਿਆ ਸੀ, ਕਿਉਂਕਿ ਜੇਕਰ ਪ੍ਰਧਾਨ ਦੀ ਗੱਲ ਕੀਤੀ ਜਾਵੇ, ਪ੍ਰਧਾਨ ਦੀ ਸਹਿਮਤੀ ਹੁੰਦੀ ਹੈ ਤਾਂ ਹੀ ਉਮੀਦਵਾਰ ਉਤਾਰਿਆ ਜਾਂਦਾ। ਦੇਖੋ, ਬਿਨਾਂ ਪ੍ਰਧਾਨ ਦੀ ਸਹਿਮਤੀ ਬਿਨਾਂ ਤਾਂ ਲੈਟਰ ਹੀ ਨਹੀਂ ਮਿਲਦਾ। ਬਿਲਕੁਲ, ਜਦੋਂ ਕੋਈ ਰਜਿਸਟਰਡ ਪਾਰਟੀ ਦਾ ਉਮੀਦਵਾਰ ਕਾਗਜ਼ ਭਰਦਾ, ਉਹਦੇ ਨਾਲ ਇੱਕ ਲੈਟਰ ਹੈਡ ਲੱਗਦਾ ਪਾਰਟੀ ਦਾ ਕਿ ਸਾਡਾ ਉਮੀਦਵਾਰ ਆ, ਤੇ ਇਹਨੂੰ ਸਾਡਾ ਜਿਹੜਾ ਚਿੰਨ ਹੈ ਉਹ ਦਿੱਤਾ ਜਾਵੇ। ਠੀਕ ਹੈ, ਜਿਵੇਂ ਅਕਾਲੀ ਦਲ ਦਾ ਤੱਕੜੀ ਹੈ, ਉਹ ਕਹਿੰਦੇ ਉਹਦਾ ਦਿੱਤਾ ਜਾਵੇ। ਠੀਕ ਹੈ, ਉਹ ਉਹਨਾਂ ਨੇ ਦਿੱਤਾ ਤੇ ਉਹਨਾਂ ਨੂੰ ਮਿਲ ਗਿਆ। ਹੁਣ ਗੱਲ ਇਹ ਹੈ ਕਿ ਜਦੋਂ ਉਹਨਾਂ ਨੂੰ ਉਹ ਚਿੰਨ ਮਿਲ ਗਿਆ, ਤੇ ਅੱਜ ਤੁਸੀਂ ਕਹਿ ਰਹੇ ਹੋ ਸਾਡਾ ਉਮੀਦਵਾਰ ਨਹੀਂ, ਹੁਣ ਜੇ ਤੁਸੀਂ ਕਹੋਗੇ ਉਮੀਦਵਾਰ ਵਾਪਸੀ, ਉਹ ਵੀ ਨਹੀਂ ਹੋਣਾ। ਉਹ 24 ਤਰੀਕ ਸੀ, ਨਿਕਲ ਗਈ, 24 ਤੱਕ ਤੁਸੀਂ ਆਪਣੇ ਕਾਗਜ਼ ਵਾਪਸ ਲੈ ਸਕਦੇ ਸੀ, ਅੱਜ ਤੁਹਾਨੂੰ ਉਹ ਕਾਗਜ਼ ਵੀ ਨਹੀਂ ਵਾਪਸ ਮਿਲਣੇ, ਤੇ ਹੁਣ ਤੁਹਾਡਾ ਉਮੀਦਵਾਰ ਰਹੇਗਾ, ਚਿੰਨ ਵੀ ਅਕਾਲੀ ਦਲ ਦਾ ਰਹੇਗਾ। ਬਿਲਕੁਲ, ਜੇ ਬੀਬੀ ਸੁਰਜੀਤ ਕੌਰ ਚੋਣ ਲੜ ਰਹੀ ਹੈ, ਉਹ ਖੁਦ ਮੈਦਾਨ ਚੋਂ ਨਹੀਂ ਹਟਦੇ, ਦੇਖੋ ਕਾਗਜ਼ ਵਾਪਸ ਨਹੀਂ ਲੈ ਸਕਦੇ, ਘਰ ਬੈਠ ਜਾਣ ਅਲੱਗ ਗੱਲ ਆ, ਕਿਸੇ ਦੇ ਹੱਕ ਚ ਬੈਠ ਜਾਣ ਅਲੱਗ ਗੱਲ ਹੈ। ਠੀਕ ਹੈ, ਵੀ ਮੈਂ ਇਹਨਾਂ ਨੂੰ ਸਮਰਥਨ ਦਿੱਤਾ, ਉਹ ਕਹਿ ਦੇਣ ਵੀ ਜੇ ਸਮਰਥਨ ਦਿੱਤਾ, ਮਤਲਬ ਕਿ ਜਿਹੜਾ ਉਹਦਾ ਵੋਟ ਬੈਂਕ ਆ ਉਹ ਸਾਰਾ ਉਸ ਉਮੀਦਵਾਰ ਨੂੰ ਜਾਏਗਾ, ਉਹ ਇੱਕ ਅਲੱਗ ਮੈਟਰ ਆ। ਅਗਰ ਬੀਬੀ ਸੁਰਜੀਤ ਕੌਰ ਇਹ ਗੱਲ ਕਹਿ ਰਹੀ ਹੈ ਕਿ ਮੈਂ ਚੋਣ ਲੜਨੀ ਆ, ਮੈਂ ਚੋਣ ਲੜਾਂਗੀ, ਤੇ ਗੱਲ ਇਹ ਵੀ ਅਕਾਲੀ ਦਲ ਅੱਜ ਸਥਿਤੀ ਇੱਥੋਂ ਤੱਕ ਹੈ, ਜੇ ਉਹ ਕਾਗਜ਼ ਵਾਪਸ ਲੈਂਦਾ ਤਾਂ ਵੀ ਬੀਬੀ ਸੁਰਜੀਤ ਕੌਰ ਉਮੀਦਵਾਰ ਹੈ, ਜੇ ਅਕਾਲੀ ਦਲ ਇਹ ਕਹਿੰਦਾ ਸੀ ਸਮਰਥਨ ਨਹੀਂ ਕਰਦੇ ਤਾਂ ਵੀ ਬੀਬੀ ਸੁਰਜੀਤ ਕੌਰ ਰਹੇਗੀ, ਜੇ ਬੀਬੀ ਸੁਰਜੀਤ ਕੌਰ ਇਹ ਕਹੇ ਕਿ ਮੈਂ ਚੋਣ ਲੜ ਰਹੀ ਹਾਂ ਤਾਂ ਉਹ ਲੜੀ ਰਹੀ ਹੈ। ਉਹਦੇ ਤੋਂ ਜਿਹੜਾ ਉਹਦਾ ਚਿੰਨ ਹੈ ਤੱਕੜੀ ਅੱਜ ਦੀ ਡੇਟ ਚ ਖੋਇਆ ਨਹੀਂ ਜਾ ਸਕਦਾ, ਕਿਉਂਕਿ ਤੁਸੀਂ ਚੋਣ ਕਮਿਸ਼ਨ ਲਿਖ ਕੇ ਦੇਤਾ, ਉਹਨੇ ਕਾਗਜ਼ ਭਰਤੇ, ਕਾਗਜ਼ ਸਹੀ ਪਾਏ ਗਏ ਨੇ, ਤੇ ਬੀਬੀ ਸੁਰਜੀਤ ਕੌਰ ਚੋਣ ਮੈਦਾਨ ਚ ਅਕਾਲੀ ਦਲ ਵੱਲੋਂ ਆ ਚੁੱਕੀ ਹੈ। ਇੱਕ ਰਬਾਲਾ, ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਜਿਹੜਾ ਲਗਾਤਾਰ ਜਿਹੜਾ ਬਿਆਨ ਹੋ ਰਹੇ ਨੇ ਸੁਰਜੀਤ, ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਗਿਆ ਕਿ ਜਿਹੜੇ ਇਹ ਪੰਥਕ ਜਿਹੜੇ ਧੀਰ ਇਕੱਠੀਆਂ ਹੋਈਆਂ ਨੇ, ਯਾਨੀ ਕਿ ਵਿਰੋਧੀ ਧੀਰਾਂ, ਜਾਨੀ ਕਿ ਕਹਿ ਸਕਦੇ ਆ, ਤਾਂ ਕਹਿੰਦੇ ਬੀਜੇਪੀ ਦੇ ਆੜ ਦੇ ਵਿੱਚ ਆ ਗਈਆਂ, ਇਹ ਸਾਰਾ ਜਿਹੜਾ ਕੰਮ ਆ ਬੀਜੇਪੀ ਕਰਾ ਰਹੀ, ਜਿਹਦਾ ਮੋਢੀ ਆ ਉਹ ਬੀਬੀ ਜਗੀਰ ਕੌਰ ਨੂੰ ਰੱਖਿਆ ਗਿਆ। ਨਹੀਂ, ਦੇਖੋ ਗੱਲ ਇਹ ਆ ਵੀ ਮੋਢੀ ਬੀਬੀ ਜਗੀਰ ਕੌਰ ਇਕੱਲੇ ਨੀਗੇ, ਉਹਦੇ ਵਿੱਚ ਪ੍ਰੋਫੈਸਰ ਪ੍ਰਿੰਸ ਚੰਦੂ ਮਾਜਰਾ ਵੀ ਆ, ਬੀਬੀ ਜਗੀਰ ਕੌਰ ਵੀ ਹੈ, ਸੁਖਦੇਵ ਸਿੰਘ ਢੀਂਡਸਾ ਵੀ ਹੈ, ਤਾਂ ਹੋਰ ਜਿਹੜੇ ਤਮਾਮ ਲੀਡਰ ਨੇ, ਕਈਆਂ ਦੇ ਜੇ ਆਪਾਂ ਨਾਮ ਲਾਉਂਗੇ ਬਹੁਤ ਲੰਬੀ ਲਿਸਟ ਹੈ, ਤਾਂ ਉਹ ਸਾਰਿਆਂ ਨੂੰ ਕਿਹਾ ਜਾ ਰਿਹਾ ਕਿ ਇਹ ਬੀਜੇਪੀ ਦੀ ਬੀਟੀ। ਹੁਣ ਉਹ ਇਹ ਗੱਲ ਕਹਿ ਰਹੇ ਨੇ ਚੰਦੂ ਮਾਜਰਾ, ਇਹ ਗੱਲ ਕਹਿ ਰਹੇ ਆ ਕਿ ਜਦੋਂ ਸਾਡਾ ਸਮਝੌਤਾ ਸੀ ਬੀਜੇਪੀ ਨਾਲ, ਉਦੋਂ ਤੁਸੀਂ ਨਾਲ ਸੀਗੇ, ਉਦੋਂ ਤੁਸੀਂ ਉਹ ਤੋਂ ਪੁੱਛ ਕੇ ਗੱਲ ਕਰਦੇ ਸੀ, ਤੁਹਾਡੇ ਨਾਲ ਸਹਿਮਤੀ ਸੀ, ਤੁਹਾਡੀ ਸਰਕਾਰ ਸੀਗੇ, ਤੁਸੀਂ ਉਹਨਾਂ ਦੀ ਸਰਕਾਰ ਸੀਗੇ, ਤੇ ਉਦੋਂ ਤਾਂ ਅਸੀਂ ਬੀ ਟੀਮ ਹੋਈ ਨਹੀਂ, ਅੱਜ ਜਦੋਂ ਤੁਸੀਂ ਹਾਰ ਗਏ ਤੇ ਅਸੀਂ ਅਲੱਗ ਹੋ ਗਏ, ਅਸੀਂ ਕਹਿ ਰਹੇ ਹਾਂ ਸਾਡੇ ਏਜੰਡਿਆਂ ਤੇ ਗੱਲ ਕਰੋ, ਸਾਡੇ ਨਾਲ ਪੰਥਕ ਏਜੰਡਿਆਂ ਤੇ ਆਓ, ਤੇ ਗੱਲ ਇਹ ਵੀ ਹੁਣ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਦੀ ਬੀ ਟੀਮ ਹੈ ਜਾਂ ਬੀਜੇਪੀ ਨੇ ਚੱਕੇ ਨੇ, ਮੰਨ ਲਓ ਬੀਜੇਪੀ ਨੇ ਚੱਕੇ ਆ, ਪਰ ਗੱਲ ਕਾਹਦੀ ਪੰਥਕ ਦੀ ਹੋ ਰਹੀ ਹੈ ਨਾ, ਗੱਲ ਅਕਾਲੀ ਦਲ ਦੀ ਹੋ ਰਹੀ ਹੈ। ਹੁਣ ਸਾਰੇ ਗੱਲ ਇਹ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਅਸਤੀਫਾ ਦੇ ਦੇਣਾ ਚਾਹੀਦਾ।
ਸਾਰੇ ਲੀਡਰਾਂ ਦੀ ਗੱਲ ਕੀਤੀ ਜਾਵੇ, ਜਿਨ੍ਹਾਂ ਵਿੱਚ ਗੱਲ ਕੀਤੀ ਜਾਵੇ ਬੀਬੀ ਜਗੀਰ ਕੌਰ ਦੀ ਗੱਲ ਕੀਤੀ ਜਾਵੇ, ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕੀਤੀ ਜਾਵੇ, ਚੰਨੂ ਮਾਦਰਾ ਦੀ ਗੱਲ ਕੀਤੀ ਜਾਵੇ, ਤਾਂ ਤਮਾਮ ਲੀਡਰ ਜਿਹੜੇ ਪੁਰਾਣੇ ਨੇ, ਜਿਨ੍ਹਾਂ ਨੇ ਜਿਹੜਾ ਲੰਬੇ ਸਮੇਂ ਦੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਿੱਚ ਕੰਮ ਕੀਤਾ, ਜੇਕਰ ਉਹ ਮਤਾ ਪਾਸ ਕਰ ਦਿੰਦੇ ਨੇ ਵੀ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਨਹੀਂ ਹੈ, ਕਿਉਂਕਿ ਉਹਨੇ ਪਹਿਲਾਂ ਹੀ ਕਿਹਾ ਵੀ ਜਿਹੜਾ ਅਕਾਲੀ ਦਲ ਦਾ ਸਾਡਾ ਵੀ ਹੈ ਇਕੱਲੇ ਸੁਖਬੀਰ ਸਿੰਘ ਬਾਦਲ ਦਾ ਨਹੀਂ ਹੈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਨਵਾਂ ਪ੍ਰਧਾਨ ਹੋ ਸਕਦਾ ਹੈ? ਦੇਖੋ ਗੱਲ ਇਹ ਹੈ ਕਿ ਬੀਬੀ ਜਗੀਰ ਕੌਰ ਚੰਦੂ ਮਾਜਰਾ ਜਿਹੜਾ ਬਾਗੀ ਧੜ ਹੈ, ਉਹ ਜਿੰਨੇ ਮਰਜ਼ੀ ਮਤੇ ਪਾਈ ਜਾਣ ਉਹਦਾ ਕੋਈ ਫਾਇਦਾ ਨਹੀਂ। 90% ਸੰਗਠਨ ਸੁਖਬੀਰ ਸਿੰਘ ਬਾਦਲ ਦੇ ਨਾਲ ਆ, ਜਿਹੜਾ ਲਿਖਤੀ ਚ ਆ, ਪਾਰਟੀ ਕਿਸੇ ਸੰਗਠਨ ਤੇ ਖੜੀ ਹੈ, ਐਵੇਂ ਨੀ ਜਿਹੜਾ ਮਰਜ਼ੀ ਜਾਓ ਤੁਸੀਂ ਤੇ ਜਾ ਕੇ ਮਤਾ ਪਾ ਦੋ, ਚਾਹੇ ਕੋਈ ਵੀ ਪਾਰਟੀ ਹੋਵੇ, ਅਕਾਲੀ ਦਲ ਨੀ ਚਾਹੇ ਆਮ ਆਦਮੀ ਪਾਰਟੀ ਹੈ, ਬੀਜੇਪੀ ਆ, ਕੱਲ ਜਿਹੜਾ ਮਰਜ਼ੀ ਪਾਰਟੀ ਹੈ, ਉਹ ਸੰਗਠਨ ਦੇ ਸਿਰ ਤੇ ਖੜੀ ਹੈ ਕਿ ਸੰਗਠਨ ਕੀ ਦਾ, ਕੋਰ ਕਮੇਟੀ ਕਿਹਦੇ ਕੋਲ ਆ, ਜ਼ਿਲ੍ਹਾ ਪ੍ਰਧਾਨ, ਸ਼ਹਿਰੀ ਪ੍ਰਧਾਨ, ਵਾਰਡ ਪ੍ਰਧਾਨ ਤੇ ਡੈਲੀਗੇਟ ਕਿਹਦੇ ਨਾਲ ਆ। 90% ਜਿਹੜਾ ਸੰਗਠਨ ਨਾ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਆ, ਚਾਹੇ ਧੱਕੇ ਨਾਲ ਆ ਚਾਹੇ ਪਿਆਰ ਨਾਲ ਆ, ਉਹ ਇੱਕ ਅਲੱਗ ਮੈਟਰ ਹੈ, ਚਾਹੇ ਉਹ ਡਰਦੇ ਨਹੀਂ ਬੋਲਦੇ, ਚਾਹੇ ਉਹ ਅੰਦਰੋਂ ਸੁਖਬੀਰ ਦੇ ਬਾਦਲ ਨਾਲ ਆ ਤੇ ਉੱਪਰੋਂ ਆ, ਪਰ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਇਹ ਤਾਂ ਪੱਕੀ ਹੈ। ਜੇ ਬਾਗੀ ਧੜਾ ਅਕਾਲੀ ਦਲ ਇੱਕ ਪਾਰਟੀ ਬਣਾਉਂਦਾ ਤਾਂ ਉਹਨੂੰ ਇੱਕ ਵੱਖਰੀ ਪਾਰਟੀ ਬਣਾਉਣੀ ਪਊਗੀ, ਠੀਕ ਹੈ? ਪਾਰਟੀ ਬਣਦੀ ਹੈ ਜਾਂ ਨਹੀਂ ਬਣਦੀ ਜਾਂ ਉਹ ਕੀ ਕਰਦੇ ਨੇ, ਆਉਣ ਵਾਲਾ ਸਮਾਂ ਦੱਸੇਗਾ। ਗੱਲ ਇਹ ਅੱਜ ਇਹ ਹੈ ਜਿਮਨੀ ਚੋਣ ਦੀ ਗੱਲ ਹੋ ਰਹੀ ਹੈ ਕਿ ਅੰਮ੍ਰਿਤਪਾਲ ਤੋਂ ਸਮਰਥਨ ਕਿਉਂ ਮੰਗਿਆ ਜਾ ਰਿਹਾ ਹੈ? ਜਿਹੜਾ ਅਕਾਲੀ ਦਲ ਜਿਹੜੇ ਲੀਡਰ ਜਿਹਨੂੰ ਅੰਮ੍ਰਿਤਪਾਲ ਦੇ ਖਿਲਾਫ ਜਾ ਕੇ ਲੜਦੇ ਸੀਗੇ, ਜਿਨ੍ਹਾਂ ਦੇ ਬਿਆਨਬਾਜ਼ੀ ਹੋ ਰਹੀ ਸੀ, ਬਿਲਕੁਲ ਸਰਜੀਤ ਖਾਲਸਾ ਦੇ ਖਿਲਾਫ ਲੜਦੇ ਸੀ, ਅੱਜ ਉਹ ਤੋਂ ਸਮਰਥਨ ਮੰਗ ਰਹੇ ਆ। ਇਹ ਸਮਾਂ ਕਿਉਂ ਆਇਆ, ਇਹ ਟਾਈਮ ਕਿਉਂ ਆ ਗਿਆ? ਇਹ ਸਮੇਂ ਸਮੇਂ ਦੀ ਗੱਲ ਹੈ ਕਿ ਉਹਨਾਂ ਤੋਂ ਸਮਰਥਨ ਮੰਗਣਾ ਪੈ ਰਿਹਾ, ਸਮੁੱਚੀ ਪੰਥ ਇਕੱਤਰ ਤੋਂ ਸਮਰਥਨ ਮੰਗਣਾ ਪੈ ਰਿਹਾ ਸੀ, ਤਾਂ ਇਹਦਾ ਮਤਲਬ ਇਹ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਪੰਥਕ ਧਿਰਾਂ ਨੂੰ ਨਾਲ ਲੈ ਕੇ ਚੱਲਣਗੇ, ਤੇ ਇਹ ਜਿਹੜਾ 2027 ਦੇ ਸਿਨੇਰੀਓ ਵੱਖਰਾ ਹੀ ਦੇਖਣ ਨੂੰ ਮਿਲੇ। ਠੀਕ ਹੈ ਬਾਲਾ ਜੀ, ਬਹੁਤ ਬਹੁਤ ਧੰਨਵਾਦ। ਸੋ ਹੁਣ ਦੇਖਣਾ ਹੋਵੇਗਾ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਦੋ ਫਾੜ ਨਜ਼ਰ ਹੁੰਦਾ ਜਾ ਰਿਹਾ ਹੈ, ਜੇਕਰ ਜਿਮਣੀ ਚੋਣਾਂ ਦੀ ਗੱਲ ਕੀਤੀ ਜਾਵੇ ਕਿ ਆਖਿਰਕਾਰ ਇਸ ਜਿਮਣੀ ਚੋਣ ਦੇ ਵਿੱਚ ਅਕਾਲੀ ਦਲ ਜਿੱਤ ਹਾਸਲ ਕਰ ਪਾਏਗਾ ਜਾਂ ਫਿਰ ਕੋਈ ਉਹਦਾ ਆਧਾਰ ਬਣ ਸਕੇਗਾ। ਮੈਨੂੰ ਤੇ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਬਾਣਾ ਦੀ ਇਜਾਜ਼ਤ, ਧੰਨਵਾਦ।